खन्ना के नाल लगती माछीवाड़ा साहब की अनाज मंडी विच यूपी तो आए झोने के ट्रक फड़े जाने तो बाद एशिया की सब तो वड्डी अनाज मंडी खन्ना विच प्रशासन भी हरकत विच आ गया है। अनाज मंडी विच SDM संदीप सिंह अते तहसीलदार हरमिंदर सिंह हुंदल ने अचानक निरीक्षण किया। इस दौरान जिथे खरीद एजेंसियां दा रिकॉर्ड चेक किया गया उथे ही मंडी विच फसल तोलन वाले कंडे नमी चेक करन वालियां मशीनां दी जांच कीती गई। ਡੀ ਸਾਹਿਬ ਅਤੇ ਪੰਜਾਬ ਸਰਕਾਰ ਵੱਲੋਂ ਹਦਾਇਤ ਹੋਈ ਸੀ ਕਿ ਮੰਡੀਆਂ ਦੀ ਜਿਹੜੀ ਚੈਕਿੰਗ ਹੈ ਜੀ ਉਹ ਚੈਕਿੰਗ ਕੀਤੀ ਜਾਵੇ, ਖਾਸ ਕਰਕੇ ਜਿਹੜਾ ਕੱਲ੍ਹ ਇੱਕ ਮਾਛੀਵਾੜਾ ਦੇ ਵਿੱਚ ਇੰਸੀਡੈਂਟ ਸਾਡੇ ਧਿਆਨ ਦੇ ਵਿੱਚ ਆਇਆ ਕਿ ਉੱਥੇ ਜਿਹੜੀ ਸਟੇਟ ਤੋਂ ਬਾਹਰ ਜਿਹੜੀ ਉਹ ਝੋਨੇ ਜਿਹੜੀ ਆਮਦ ਹੋ ਰਹੀ ਸੀ, ਉਹਦੇ ਰਿਗਾਰਡਿੰਗ ਜਿਹੜੀ ਅੱਜ ਮੰਡੀ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ। ਮੇਰੇ ਨਾਲ ਸੈਕਟਰੀ ਸਾਹਿਬ ਮਾਰਕੀਟ ਕਮੇਟੀ ਨੇ ਅਤੇ ਦੋ ਏਜੰਸੀਆਂ ਦੇ ਜਿਹੜੇ ਮੈਨੇਜਰ ਨੇ ਉਹਨਾਂ ਨੂੰ ਵੀ ਇੱਥੇ ਬੁਲਾਇਆ ਗਿਆ ਸੀ ਅਤੇ ਉਹਨਾਂ ਦੇ ਜਿਹੜੇ ਜੀ ਰਜਿਸਟਰ ਚੈੱਕ ਕੀਤੇ ਗਏ ਨੇ ਅਤੇ ਇੱਥੇ ਈਵਨ ਜਿਹੜਾ ਇੱਕ ਮੋਇਸਚਰ ਲੈਵਲ ਸੀ, ਹਾਈਗਰੋਮੀਟਰ ਸੀ ਜਿਹੜੇ, ਉਹ ਵੀ ਦੇਖ ਕੇ ਉਹਨਾਂ ਦਾ ਜਿਹੜਾ ਮੋਇਸਚਰ ਲੈਵਲ ਚੈੱਕ ਕੀਤਾ ਗਿਆ। ਸਰ ਕੋਈ ਕਰਨਗੇ ਫਿਲਹਾਲ ਤਾਂ ਜਿਹੜਾ ਸਾਡੇ ਧਿਆਨ ਦੇ ਵਿੱਚ ਆਇਆ ਜਿਹਨਾਂ ਰਜਿਸਟਰ ਤਾਂ ਸਮਝ ਕੇ ਇਹਨਾਂ ਤੋਂ ਸਾਰਾ ਜਿਹੜਾ ਮੈਨੇਜਰ ਤੋਂ ਜਿਹੜੀ ਦੋ ਏਜੰਸੀ ਦੇ ਮੇਰੇ ਕੋਲ ਆਏ ਨੇ ਇਹਨਾਂ ਨੇ ਮੈਨੂੰ ਆਪਣਾ ਰਿਕਾਰਡ ਦਿਖਾਇਆ ਜੀ, ਮਤਲਬ ਪ੍ਰਾਈਮ ਵੈਬਸਾਈਟ ਆ ਇਹਦੇ ਵਿੱਚ ਕੋਈ ਡੈਫੀਸ਼ੈਂਸੀ ਨਹੀਂ ਨਜ਼ਰ ਆ ਰਹੀ, ਬਾਕੀ ਇਹ ਜਿਹੜੀ ਇੰਸਪੈਕਸ਼ਨ ਹੈ ਜੀ ਉਹ ਚੱਲ ਰਹੀ ਹੈ। ਇੱਕ ਚੀਜ਼ ਸਰ, ਇੱਕ ਚੀਜ਼ ਹੋਰ ਦੇਖਣ ਨੂੰ ਆਈ ਹੈ, ਜਿਹੜਾ ਮਾਛੀਵਾੜੇ ਸ਼ੈਲਰ ਦੇ ਫੜੇ ਗਏ ਆ ਉਹਨਾਂ ਦਾ ਲਿੰਕ ਖੰਨੇ ਵੀ ਹੈਗਾ ਸਰ, ਕਿਆ ਤੁਹਾਡੇ ਧਿਆਨ ਜਾਇਆ ਮਾਮਲਾ? ਫਿਲਹਾਲ ਸਾਡੇ ਧਿਆਨ ਦੇ ਵਿੱਚ ਨਹੀਂ ਹੈ ਜੀ ਮਾਮਲਾ, ਜੇ ਕੋਈ ਇੱਦਾਂ ਦਾ ਹੋਊਗਾ ਤਾਂ ਜੇ ਤੁਹਾਡੇ ਧਿਆਨ 'ਚ ਹੈ ਤਾਂ ਤੁਸੀਂ ਸਾਡੇ ਧਿਆਨ ਦੇ ਵਿੱਚ ਜ਼ਰੂਰ ਲਿਆ ਦਿਓ, ਉਹਦੀ ਜਿਹੜੀ ਖਾਸ ਤੌਰ 'ਤੇ ਜਿਹੜੀ ਚੈਕਿੰਗ ਉਹ ਵੀ ਕਰਵਾ ਦਈਏ।